ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਦੇ ਵਿੱਚ। ਦੋਸਤੋ PSPCL ਕਲਰਕ ਦੀ ਕਲੋਜ਼ਿੰਗ ਡੇਟ ਤੇ ਐਗਜ਼ਾਮ ਡੇਟ ਨੂੰ ਲੈ ਕੇ ਬਹੁਤ ਜ਼ਿਆਦਾ ਸਵਾਲ ਪੁੱਛੇ ਜਾ ਰਹੇ। ਦੂਜਾ ਦੋਸਤੋ ਸਵਾਲ ਸਾਹਮਣੇ ਆਇਆ ਇੱਕ ਵੀਵਰ ਦਾ, ਜਿਹੜਾ ਪੁੱਛ ਰਿਹਾ ਸੀ ਤੁਸੀਂ ਅੱਜ ਕੱਲ੍ਹ ਡਿਟੇਲ ਦੇ ਵਿੱਚ ਵੀਡੀਓ ਕਿਉਂ ਨਹੀਂ ਪਾਉਂਦੇ। ਤਾਂ ਦੋਸਤੋ ਸਾਰੇ ਸਵਾਲਾਂ ਦੇ ਇੱਥੇ ਜਵਾਬ ਕਲੀਅਰ ਕਰਾਂਗੇ, ਬਟ ਤੁਹਾਡਾ ਵੀ ਜੇ ਕੋਈ ਵਧੀਆ ਸਵਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ। ਸਭ ਤੋਂ ਪਹਿਲਾਂ ਲਾਸਟ ਵਾਲਾ ਕੁਐਸਚਨ ਚੱਕਦੇ ਹਾਂ ਕਿ ਅੱਜ ਕੱਲ੍ਹ ਵੀਡੀਓ ਸ਼ੋਰਟ ਦੇ ਵਿੱਚ ਕਿਉਂ ਪਾਉਣ ਲੱਗੀਆਂ। ਵਧੀਆ ਕੈਚ ਕਰਿਆ ਦੋਸਤੋ ਤੁਸੀਂ ਇਹ ਗੱਲ। ਰੀਜ਼ਨ ਦੋਸਤੋ ਇੰਨਾ ਕਿ ਹੈ, ਜਿੰਨੀ ਕਿ ਤੁਹਾਡੀ ਸਪੋਰਟ ਹੈ ਬਸ ਉਨੀ ਕੁ ਅਸੀਂ ਮਿਹਨਤ ਕਰਨ ਲੱਗ ਗਏ ਹਾਂ। ਇਸ ਤੋਂ ਪਹਿਲਾਂ ਦੋਸਤੋ ਸਾਡੀ ਕੋਸ਼ਿਸ਼ ਹੁੰਦੀ ਸੀ ਕਿ ਸਭ ਤੋਂ ਬੈਸਟ ਤੁਹਾਨੂੰ ਪ੍ਰੋਵਾਈਡ ਕਰਵਾਈ, ਨਾ ਤਾਂ ਤੁਹਾਡੀ ਇੱਕ ਅੱਧੀ ਮਿੰਟ ਇੰਟਰੋ ਦੇ ਵਿੱਚ ਵੇਸਟ ਕਰਨ ਦਾ ਸਾਡਾ ਕੋਈ ਮਕਸਦ ਸੀ, ਨਾ ਹੀ ਅਸੀਂ ਇਹ ਚਾਹੁੰਦੇ ਸੀ ਕਿ ਤੁਸੀਂ ਹਰ ਇੱਕ ਥਾਂ ਜਾ ਕੇ ਸਾਈਟ ਤੇ ਭਟਕੋ। ਸਾਰੇ ਨੋਟੀਫਿਕੇਸ਼ਨ ਤੁਹਾਨੂੰ ਵੀਡੀਓ ਦੇ ਵਿੱਚ ਅਵੇਲੇਬਲ ਹੁੰਦੀ ਸੀ, ਜਿੰਨੀ ਕੁ ਕੰਮ ਦੀ ਗੱਲ ਹੁੰਦੀ ਸੀ ਬਸ ਉਹੀ ਕਰਦੇ ਸੀ, ਠੀਕ ਹੈ। ਬਟ ਤੁਹਾਡੀ ਸਪੋਰਟ ਜਿਹੜੀ ਹੈ ਦੋਸਤੋ ਬਹੁਤ ਘੱਟ ਰਹਿ ਗਈ, ਕਾਫੀ ਸਾਨੂੰ ਜਿਹੜਾ ਹੈ ਬੁਰਾ ਫੀਲ ਹੋਇਆ। ਇਸ ਕਰਕੇ ਅਸੀਂ ਵੀ ਹੋਰ ਚੈਨਲਾਂ ਵਾਂਗੂ ਅੱਜ ਕੱਲ੍ਹ ਸ਼ੋਰਟ ਦੇ ਵਿੱਚ ਕੰਮ ਸਾਰ ਦਿੰਦੇ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਹਿਲਾਂ ਵਾਂਗੂ ਡਿਟੇਲ ਦੇ ਵਿੱਚ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਕਰਵਾਈਏ, ਤਾਂ ਬਾਈ ਸਪੋਰਟ ਦੇਣਾ ਬਹੁਤ ਜ਼ਰੂਰੀ ਹੈ, ਵੀਡੀਓ ਨੂੰ ਲਾਈਕ ਦੇਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਜੇ ਤੁਸੀਂ ਪ੍ਰੋਪਰ ਵੀਡੀਓ ਨੂੰ ਲਾਈਕ ਕਰਦੇ ਰਹੇ, ਚੈਨਲ ਨੂੰ ਸਪੋਰਟ ਕਰਦੇ ਰਹੇ, ਤਾਂ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸਹੀ ਇਨਫੋਰਮੇਸ਼ਨ ਜਿਹੜੀ ਹੈ ਸਭ ਤੋਂ ਪਹਿਲਾਂ ਅਤੇ ਪੂਰੀ ਡਿਟੇਲ ਦੇ ਵਿੱਚ ਪ੍ਰੋਵਾਈਡ ਕਰਵਾਉਣ ਦੀ। ਇਹ ਤੁਹਾਡੇ 'ਤੇ ਡਿਪੈਂਡ ਹੈ ਦੋਸਤੋ, ਠੀਕ ਹੈ ਜੀ। ਦੂਜੀ ਕੰਮ ਦੀ ਗੱਲ ਕਰੀਏ ਦੋਸਤੋ ਕਿ ਇਹਨਾਂ ਦੀ ਡੇਟ ਜਿਹੜੀ ਹੈ ਉਹ ਚੇਂਜ ਹੋਈ ਹੈ ਕਿ ਨਹੀਂ ਹੋਈ। ਤਾਂ ਦੋਸਤੋ ਜਿਹੜੀ ਕਲਰਕ ਦੀ ਡੇਟ ਹੈ ਚੇਂਜ ਹੋ ਚੁੱਕੀ ਹੈ ਜੀ। ਇਹਨਾਂ ਦੀ ਕਲੋਜ਼ਿੰਗ ਡੇਟ ਜਿਹੜੀ ਪਹਿਲਾਂ ਸੀ ਉਹ ਚੇਂਜ ਹੋ ਕੇ ਹੁਣ ਨਵੀਂ ਡੇਟ ਆ ਚੁੱਕੀ ਹੈ। ਤੁਸੀਂ 11/10/2019 ਤੱਕ ਆਪਣੇ ਫੋਰਮ ਦਾ ਸੈਕਿੰਡ ਸਟੈਪ ਫਿਲ ਕਰ ਸਕਦੇ ਹੋ। ਅਤੇ ਗੱਲ ਦੋਸਤੋ ਕਰੀਏ ਥਰਡ ਸਟੈਪ ਦੀ, ਤਾਂ ਤੁਸੀਂ ਜਿਹੜਾ ਹੈ 16/10/2019 ਤੱਕ ਆਪਣੇ ਫੋਰਮ ਦਾ ਲਾਸਟ ਸਟੈਪ ਕੰਪਲੀਟ ਕਰ ਸਕਦੇ ਹੋ, ਠੀਕ ਹੈ। ਇਹ ਨੋਟੀਫਿਕੇਸ਼ਨ ਦੋਸਤੋ ਚੇਂਜ ਹੋ ਚੁੱਕੀ ਹੈ ਜੀ 293/19 ਦਾ, ਠੀਕ ਹੈ। ਇਸ ਤੋਂ ਬਾਅਦ ਦੋਸਤੋ ਐਗਜ਼ਾਮ ਡੇਟ ਦੀ ਗੱਲ ਕਰੀਏ, ਤਾਂ ਐਗਜ਼ਾਮ ਹਾਲੇ 2 ਮਹੀਨੇ ਤੁਹਾਡਾ ਕੋਈ ਐਗਜ਼ਾਮ ਨਹੀਂ, ਤੁਸੀਂ ਆਰਾਮ ਨਾਲ ਰੀਡ ਕਰ ਸਕਦੇ ਹੋ, ਆਪਣੀ ਜਿਹੜੀ ਤਿਆਰੀ ਹੈ ਵਧੀਆ ਕਰ ਸਕਦੇ ਹੋ। ਬਟ ਉਸ ਤੋਂ ਬਾਅਦ ਕਦੇ ਵੀ ਤੁਹਾਡਾ ਐਗਜ਼ਾਮ ਹੋ ਸਕਦਾ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਅਤੇ ਵਧੀਆ ਮਿਹਨਤ ਕਰਦੇ ਜਾਓ। ਉਮੀਦ ਹੈ ਤੁਸੀਂ ਐਤਕੀ ਵਾਰ ਜਿਹੜਾ ਹੈ ਵਧੀਆ ਪ੍ਰਸੈਂਟ ਨਾਲ ਸਿਲੈਕਟ ਹੋ ਜਾਓਗੇ। ਮਿਲਾਂਗੇ ਜੀ ਨੈਕਸਟ ਵੀਡੀਓ ਵਿੱਚ ਨਵੀਂ ਇਨਫੋਰਮੇਸ਼ਨ ਲੈ ਕੇ। ਉਦੋਂ ਤੱਕ ਦੇ ਲਈ ਰੱਬ ਰਾਖਾ।